ਕੈਰੀ ਔਨ ਜੱਟਾ 2 ਦੀ ਧਮਾਕੇਦਾਰ ਓਪਨਿੰਗ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਰੋਤੀ ਲਈ ਫੋਨ ਆਇਆ। ਗਿੱਪੀ ਨੂੰ ਇਹ ਧਮਕੀ ਭਰਿਆ ਫੋਨ ਗੈਂਗਸਟਰ ਦਿਲਪ੍ਰੀਤ ਟਾਹਾ ਨੇ ਕੀਤਾ। ਗੈਂਗਸਟਰ ਦਿਲਪ੍ਰੀਤ ਨੇ ਲੰਘੀ ਅਪ੍ਰੈਲ ਨੂੰ ਚਰਚਿਤ ਪੰਜਾਬੀ ਕਲਾਕਾਰ ਪਰਮੇਸ਼ ਵਰਮਾ ਉੱਤੇ ਵੀ ਹਮਲਾ ਕਰਨ ਦੀ ਜ਼ਿੰਮੇਵਾਰੀ ਉੱਠੀ ਸੀ। ਮੋਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਉਹਨਾਂ ਗੈਂਗਸਟਰ ਦਿਲਪ੍ਰੀਤ ਵਿਰੁੱਧ ਗਿੱਪੀ ਗਰੇਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਦੇ ਫੇਜ਼ 8 ਥਾਣੇ ਵਿੱਚ ਕੇਸ ਦਰਜ ਕਰ ਲਿਆ। ਗੈਂਗਸਟਰ ਨੇ ਗਿੱਪੀ ਨੂੰ ਪਰਮੇਸ਼ ਵਰਮਾ ਵਾਂਗ ਹਸ਼ਰ ਦੀ ਧਮਕੀ ਦਿੱਤੀ ਹੈ। ਗਿੱਪੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਦਿਲਪ੍ਰੀਤ ਨੇ ਉਸ ਨੂੰ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ 6 ਕਲਾਕਾਰਾਂ ਨੂੰ ਵੱਖ-ਵੱਖ ਬਦਮਾਸ਼ਾਂ ਵੱਲੋਂ ਧਮਕੀ ਭਰੇ ਫੋਨ ਆ ਚੁੱਕੇ ਨੇ।